ਸਵਾਗਤ ਹੈ ਜੀ ਤੁਹਾਡਾ ਮੇਰੇ ਆਪਣੇ ਚੈਨਲ ਪੰਜਾਬ ਲਵਸ ਕਿਚਨ ਦੀ ਦੀਵਾਲੀ ਸਪੈਸ਼ਲ ਮਠਿਆਈ ਦੀ ਰੈਸਪੀ ਤੁਹਾਡੇ ਨਾਲ ਅੱਜ ਮੈਂ ਸ਼ੇਅਰ ਕਰਨ ਲੱਗੀ ਹਾਂ ਜੋ ਕਿ ਬਿਨਾ ਘਿਓ ਤੇਲ ਤੋਂ ਬਣਾ ਕੇ ਤਿਆਰ ਕਰਾਂਗੇ ਬਿਨਾ ਤਲੇ ਤੋਂ ਬਣਾਵਾਂਗੇ ਜੋ ਕਿ 5 ਤੋਂ 7 ਮਿੰਟ ਦੇ ਵਿੱਚ ਇਹ ਮਠਿਆਈ ਬਣ ਕੇ ਤਿਆਰ ਹੋ ਜਾਂਦੀ ਹੈ ਬਾਜ਼ਾਰ ਦੀਆਂ ਮਠਿਆਈਆਂ ਨਾਲੋਂ ਕਈ ਗੁਣਾ ਇਹ ਮਠਿਆਈ ਘਰ ਦੇ ਵਿੱਚ ਆਪਾਂ ਬਹੁਤ ਵਧੀਆ ਸੌਖੇ ਤਰੀਕੇ ਨਾਲ ਤੇ ਬਹੁਤ ਟੇਸਟੀ ਬਣਾ ਕੇ ਤਿਆਰ ਕਰ ਸਕਦੇ ਹ ਬਣਾਉਣਾ ਸ਼ੁਰੂ ਕਰਦੇ ਹਾਂ ਹਾਫ ਕੌਲੀ ਅਸੀਂ ਚੀਨੀ ਦੀ ਲਵਾਂਗੇ ਜਿੰਨੀ ਅਸੀਂ ਚੀਨੀ ਲਵਾਂਗੇ ਓਨਾ ਹੀ ਪਾਣੀ ਪਾਵਾਂਗੇ ਅੱਧੀ ਕੌਲੀ ਅਸੀਂ ਪਾਣੀ ਦਾ ਪਾ ਲਾਂਗੇ ਤੇ ਇਸ ਦਾ ਟੇਸਟ ਵਧਾਉਣ ਵਾਸਤੇ ਇਸ ਦੇ ਵਿੱਚ ਇੱਕ ਚਮਚਾ ਅਸੀਂ ਕਿਵੜਾ ਜਲ ਪਾ ਲਾਂਗੇ ਇਸ ਦੇ ਵਿੱਚ ਤੁਸੀਂ ਛੋਟੀ ਇਲਾਚੀ ਵੀ ਕੁੱਟ ਕੇ ਪਾ ਸਕਦੇ ਹੋ ਇਸ ਚੀਨੀ ਦੀ ਅਸੀਂ ਕੋਈ ਇਕ ਤਾਰ ਦੀ ਚਾਸ਼ਨੀ ਨਹੀਂ ਜੇ ਬਣਾਉਣੀ ਸਿਰਫ ਚੀਨੀ ਨੂੰ ਅਸੀਂ ਮੈਲਟ ਹੀ ਕਰਨਾ ਹੈ ਤੇ ਇਸ ਦਾ ਕੱਚਾ ਟੇਸਟ ਖਤਮ ਕਰਾਂਗੇ ਤੇ ਚੀਨੀ ਪੂਰੀ ਆਪਣੀ ਹੁਣ ਮੈਲਟ ਹੋ ਚੁੱਕੀ ਹੈ ਤੇ ਬਸ ਇਸ ਨੂੰ ਹਲਕਾ ਜਿਹਾ ਇੱਕ ਹਵਾਲਾ ਦੇ ਲਾਂਗੇ ਇਹ ਨਹੀਂ ਪਕਾਵਾਂਗੇ ਇਸ ਤੋਂ ਬਾਅਦ ਅਸੀਂ ਚੀਨੀ ਨੂੰ ਨਹੀਂ ਜੇ ਇਸ ਚਾਸ਼ਨੀ ਨੂੰ ਪਕਾਵਾਂਗੇ ਚੀਨੀ ਪੂਰੀ ਮੈਲਟ ਹੋ ਗਈ ਗੈਸ ਅਸੀਂ ਹੁਣ ਬੰਦ ਕਰ ਲਾਂਗੇ ਇੱਥੇ ਮੈਂ ਅੱਧੀ ਕੌਲੀ ਮਲਾਈ ਦੀ ਲਈਏ ਮਲਾਈ ਅਸੀਂ ਤਾਜੀ ਹੀ ਲਵਾਂਗੇ ਤੇ ਇਸ ਦੇ ਵਿੱਚ ਅਸੀਂ ਇੱਕ ਚਮਚ ਚੀਨੀ ਦਾ ਪਾ ਲਾਂਗੇ ਪੀਸੀ ਚੀਨੀ ਅਸੀਂ ਇਸ ਦੇ ਵਿੱਚ ਪਾਵਾਂਗੇ ਇਸ ਆਪਣੀ ਜਿਹੜੀ ਮਲਾਈ ਹੈ ਨੂੰ ਮਿੱਠਾ ਕਰਨ ਵਾਸਤੇ ਤੇ ਥੋੜਾ ਜਿਹਾ ਡਰਾਈ ਫਰੂਟ ਪਾ ਲਾਂਗੇ ਪਿਸਤਾ ਬਰੀਕ ਕੱਟਿਆ ਹੋਇਆ ਬਾਦਾਮ ਤੇ ਕਾਜੂ ਇਹ 188 ਡਰਾਈ ਫਰੂਟ ਪਾਏ ਆ ਇਹਨਾਂ ਵਿੱਚ ਆਪਾਂ ਇਸ ਤਰੀਕੇ ਮਿਕਸ ਕਰ ਲਾਂਗੇ ਜਿਆਦਾ ਅਸੀਂ ਮਿਕਸ ਨਹੀਂ ਜੀ ਕਰਨਾ ਹਲਕਾ ਜਿਹਾ ਇਹਨੂੰ ਆਪਾਂ ਮਿਕਸ ਕਰ ਲਾਂਗੇ ਤਾਂ ਕਿ ਚੀਨੀ ਤੇ ਡਰਾਈ ਫਰੂਟ ਚੰਗੀ ਤਰ੍ਹਾਂ ਇਸ ਦੇ ਵਿੱਚ ਮਿਕਸ ਹੋ ਜਾਣ ਮਲਾਈ ਸਿਰਫ ਅਸੀਂ ਇਸ ਦੇ ਵਿੱਚ ਤਾਜੀ ਹੀ ਇਸਤੇਮਾਲ ਕਰਾਂਗੇ ਇੱਥੇ ਮੈਂ ਵੱਡੀ ਬਰੈਡ ਲਈਏ ਵਾਈਟ ਵਾਲੀ ਬਰੈਡ ਅਸੀਂ ਵਾਈਟ ਹੀ ਇਸਤੇਮਾਲ ਕਰਨੀ ਇਸ ਮਠਿਆਈ ਦੇ ਵਿੱਚ ਤੇ ਜੋ ਮੋਟੀ ਵਾਲੀ ਬਰੈਡ ਹੁੰਦੀ ਹੈ ਵੱਡੇ ਸੈਂਡਵਿਚ ਆਪਾਂ ਬਣਾਉਨੇ ਆ ਉਹ ਬਰੈਡ ਆਪਾਂ ਨੂੰ ਚਾਹੀਦੀ ਤੇ ਇਸ ਨੂੰ ਆਪਾਂ ਹੁਣ ਬਰੈਡ ਦੀ ਕਟਿੰਗ ਕਰਾਂਗੇ ਇਹ ਮੈਂ ਇੱਕ ਕਟਰ ਲਿਆ ਫਲਾਵਰ ਵਾਲਾ ਇਸ ਨਾਲ ਆਪਾਂ ਕਟਿੰਗ ਇਸ ਦੀ ਕਰ ਲਾਂਗੇ ਤੁਸੀਂ ਕੋਈ ਵੀ ਕੋਲੀ ਕਟੋਰੀ ਜਿਸ ਦੇ ਨਾਲ ਵੀ ਕੋਈ ਟੱਕਣ ਹੋਏ ਜਿਸ ਨਾਲ ਮਰਜੀ ਤੁਸੀਂ ਇਸ ਦੀ ਕਟਿੰਗ ਬਰੈਡ ਦੀ ਕਰ ਸਕਦੇ ਇਸ ਤਰੀਕੇ ਇਹ ਫਲਾਵਰ ਬਣਾ ਲਾਂਗੇ ਆਪਾਂ ਤੇ ਬਹੁਤ ਹੀ ਦੇਖਣ ਨੂੰ ਜਿਹੜੀ ਮਠਿਆਈ ਵਧੀਆ ਲੱਗਦੀ ਤੇ ਸੋਹਣੀ ਵੀ ਲੱਗੂਗੀ ਤੇ ਸਾਰੀ ਆਪਾਂ ਜਿਹੜੇ ਬਰੈਡ ਦੇ ਪੀਸ ਇਸ ਤਰੀਕੇ ਕੱਢ ਲਾਂਗੇ ਤੇ ਜੋ ਸਾਈਡ ਵਾਲੇ ਕਿਨਾਰੇ ਬਚਣਗੇ ਤੁਸੀਂ ਉਸ ਦਾ ਬਰੈਡ ਕਰਮਸ ਬਣਾ ਕੇ ਤਿਆਰ ਕਰ ਸਕਦੇ ਹੋ ਜੇਕਰ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਆਏ ਹੋ ਚੈਨਲ ਨੂੰ ਹਾਲੇ ਤੱਕ ਸਬਸਕ੍ਰਾਈਬ ਨਹੀਂ ਜੀ ਕੀਤਾ ਪਲੀਜ਼ ਮੇਰੇ ਚੈਨਲ ਪੰਜਾਬ ਲਵਸ ਕਿਚਨ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰਿਓ ਤੇ ਇਹ ਸਾਰੇ ਮੈਂ ਜਿਹੜੇ ਪੀਸ ਆ ਬਰੈਡ ਦੇ ਇਸ ਤਰੀਕੇ ਬਣਾ ਕੇ ਤਿਆਰ ਕਰ ਲਏ ਆ ਜੋ ਅਸੀਂ ਚਾਚਨੀ ਬਣਾ ਕੇ ਰੱਖੀ ਸੀ ਉਹ ਹੁਣ ਠੰਡੀ ਹੋ ਚੁੱਕੀ ਹੈ ਇਸ ਦੇ ਵਿੱਚ ਆਪਾਂ ਗੁਲਾਬੀ ਰੰਗ ਪਾ ਲਾਂਗੇ ਪਿੰਕ ਕਲਰ ਇਸ ਨਾਲ ਜਿਹੜਾ ਮਠਿਆਈ ਦਾ ਕਲਰ ਬਹੁਤ ਸੋਹਣਾ ਆਏਗਾ ਤੇ ਕਲਰ ਤੁਸੀਂ ਆਪਣਾ ਮਨਪਸੰਦ ਇਸ ਦੇ ਵਿੱਚ ਪਾ ਸਕਦੇ ਹੋ ਸਿੰਪਲ ਵੀ ਰੱਖ ਸਕਦੇ ਹੋ ਜੋ ਫਲਾਵਰ ਬਣਾ ਕੇ ਰੱਖੇ ਸੀ ਬ੍ਰੈਡ ਦੇ ਆਪਾਂ ਇਹ ਆਪਾਂ ਇਸ ਦੇ ਵਿੱਚ ਡਿਪ ਕਰਾਂਗੇ ਡੁਬੋਵਾਂਗੇ ਤੇ ਇਸ ਮਠਿਆਈ ਨੂੰ ਆਪਾਂ ਹਲਕਾ ਜਿਹਾ ਇਸ ਤਰੀਕੇ ਦਬਾਵਾਂਗੇ ਤਾਂ ਕਿ ਇਸ ਦੇ ਵਿੱਚੋਂ ਅੱਧੀ ਚਾਸ਼ਨੀ ਨਿਕਲ ਜਾਈ ਜੇਕਰ ਵੱਧ ਚਾਸ਼ਨੀ ਹੋਏਗੀ ਤੇ ਇਹ ਪੀਸ ਆਪਣੇ ਟਲ ਜਾਣਗੇ ਤੇ ਸਾਰੀ ਮਠਿਆਈ ਨੂੰ ਆਪਾਂ ਇਸ ਤਰੀਕੇ ਡਿਪ ਕਰਦੇ ਜਾਵਾਂਗੇ ਹਲਕੇ ਹੱਥਾਂ ਦੇ ਨਾਲ ਵਿੱਚੋਂ ਅੱਧੀ ਚਾਸ਼ਨੀ ਐਸੀ ਕੱਢ ਦੇਾਂਗੇ ਫਿਰ ਇਸ ਤਰ੍ਹਾਂ ਜਿਹੜੀ ਮਠਿਆਈ ਦੀ ਜਿਹੜੀ ਸ਼ੇਪ ਹੁੰਦੀ ਉਹ ਖਰਾਬ ਵੀ ਨਹੀਂ ਹੁੰਦੀ ਤੇ ਜਿਹੜਾ ਇਸ ਦੇ ਵਿੱਚ ਮਿੱਠਾ ਹੁੰਦਾ ਉਹ ਵੀ ਪੂਰਾ ਹੋਏਗਾ ਵੱਧ ਨਹੀਂ ਲੱਗੂਗਾ ਤੇ ਨਾ ਘੱਟ ਲੱਗੂਗਾ ਤੇ ਇਹ ਸਾਰੀ ਮਠਿਆਈ ਮੈਂ ਇਸੇ ਤਰੀਕੇ ਡਿਪ ਕਰ ਲਈਏ ਤੇ ਇੱਥੇ ਲਿਆਏ ਮੈਂ ਨਾਰੀਅਲ ਦਾ ਬਰਾਦਾ ਤੇ ਇਹ ਆਪਾਂ ਮਠਿਆਈ ਦਾ ਇੱਕ ਪੀਸ ਚੱਕਾਂਗੇ ਬਰੈੱਡ ਦਾ ਤੇ ਇਸ ਦੇ ਉੱਪਰ ਜੋ ਆਪਾਂ ਮਲਾਈ ਰੱਖੀ ਸੀ ਡ్రਾਈ ਫਰੂਟ ਵਾਲੀ ਬਣਾ ਕੇ ਇਹ ਲਗਾ ਲਾਂਗੇ ਅੱਧਾ ਚਮਚ ਦੇ ਕਰੀਬ ਹੀ ਇਸ ਦੇ ਵਿੱਚ ਲੱਗੇਗੀ ਮਲਾਈ ਤੁਸੀਂ ਥੋੜੀ ਵੱਧ ਵੀ ਲਗਾਉਣਾ ਚਾਹੁੰਦੇ ਹੋ ਤਾਂ ਲਗਾ ਸਕਦੇ ਹੋ ਤੇ ਉੱਪਰੋਂ ਆਪਾਂ ਦੂਸਰਾ ਪੀਸ ਬਰੈਡ ਦਾ ਇਸ ਤਰੀਕੇ ਰੱਖ ਲਾਂਗੇ ਤੇ ਹੁਣ ਜੋ ਆਪਾਂ ਨਾਰੀਅਲ ਦਾ ਬੁਰਾਦਾ ਲਿਆ ਹੈ ਨਾਰੀਅਲ ਦਾ ਪੂਰਾ ਇਸ ਦੇ ਨਾਲ ਇਸ ਮਠਿਆਈ ਨੂੰ ਕੋਟ ਕਰ ਲਾਂਗੇ ਇਹ ਜਿੰਨੀ ਦੇਖਣ ਨੂੰ ਸਿੰਪਲ ਮਠਿਆਈ ਲੱਗ ਰਹੀ ਹੈ ਇਹ ਖਾਣ ਨੂੰ ਬਹੁਤ ਹੀ ਟੇਸਟੀ ਤੇ ਬਹੁਤ ਹੀ ਸਵਾਦ ਹੈ ਤੇ ਬਣਾਣੀ ਵੀ ਬਿਲਕੁਲ ਸਿੰਪਲ ਤੇ ਸੌਖੀ ਹੈ ਇਸ ਤਰੀਕੇ ਆਪਾਂ ਸਾਰੀ ਮਠਿਆਈ ਬਣਾ ਕੇ ਤਿਆਰ ਕਰ ਲਾਂਗੇ ਇਸ ਮਠਿਆਈ ਨੂੰ ਹਲਕਾ ਜਿਹਾ ਤੁਸੀਂ ਫ੍ਰਿਜ ਰੱਖ ਦਿਓ ਵੈਸੇ ਤਾਂ ਹੁਣ ਮੌਸਮ ਬਦਲ ਚੁੱਕਿਆ ਕਾਫੀ ਠੰਡਾ ਹੋ ਚੁੱਕਿਆ ਤੇ ਠੰਡੀ ਮਠਿਆਈ ਬਹੁਤ ਹੀ ਸਵਾਦ ਲੱਗਦੀ ਤਿੰਨ ਤੋਂ ਚਾਰ ਦਿਨਾਂ ਵਾਸਤੇ ਤੁਸੀਂ ਇਸ ਮਠਿਆਈ ਨੂੰ ਰੱਖ ਸਕਦੇ ਹੋ ਇਸ ਦੁਆਲੇ ਤੁਸੀਂ ਇਹ ਮਠਿਆਈ ਜ਼ਰੂਰ ਬਣਾ ਕੇ ਦੇਖਿਓ ਤੁਸੀਂ ਯਕੀਨ ਕਰਿਓ ਤੁਹਾਨੂੰ ਬਹੁਤ ਹੀ ਪਸੰਦ ਆਏਗੀ ਇੰਨੀ ਸੌਖੀ ਮਠਿਆਈ ਤੇ ਸਿੰਪਲ ਤੇ ਬਹੁਤ ਹੀ ਸੁਆਦ ਤੇ ਪੂਰੀ ਸਾਬ ਸਫਾਈ ਦੀ ਤੁਸੀਂ ਮਠਿਆਈ ਮਿੰਟਾਂ ਸਕਿੰਟਾਂ ਦੇ ਵਿੱਚ ਘਰ ਦੇ ਵਿੱਚ ਬਣਾ ਕੇ ਤਿਆਰ ਕਰ ਸਕਦੇ ਹੋ ਜੇਕਰ ਮਠਿਆਈ ਦੀ ਰੈਸਪੀ ਤੁਹਾਨੂੰ ਮੇਰੀ ਥੋੜੀ ਜੀ ਵੀ ਚੰਗੀ ਲੱਗੀ ਹੋਵੇ ਮੇਰੇ ਚੈਨਲ ਪੰਜਾਬ ਲਵਸ ਕਿਚਨ ਨੂੰ ਜਰੂਰ ਸਬਸਕ੍ਰਾਈਬ ਕਰਕੇ ਜਾਓ ਤੇ ਕਮੈਂਟ ਬਾਕਸ ਵਿੱਚ ਲਿਖ ਕੇ ਜਰੂਰ ਦੱਸਿਓ ਕਿ ਇਹ ਮਠਿਆਈ ਬਣਾਉਣ ਦੀ ਰੈਸਪੀ ਤੁਹਾਨੂੰ ਕਿਸ ਤਰ੍ਹਾਂ ਲੱਗੀ ਮਿਲਦੇ ਆਂ ਫਿਰ ਇੱਕ ਨਵੀਂ ਰੈਸਪੀ ਦੇ ਨਾਲ ਧੰਨਵਾਦ